ਡਰਾਮੇਬਾਜ਼ੀ ਦੇ ਵਿੱਚ ਕੰਗਣਾ ਰਣੌਤ ਨੇ ਮੇਰਾ ਖਿਆਲ ਹੈ ਵੀ 100 ਦੇ ਵਿੱਚੋਂ 100 ਨੰਬਰ ਲੈ ਜਾਣੇ ਆ ਜਾਂ ਲਏ ਆ ਹੁਣ ਤੱਕ ਆਪਾਂ ਜਾਣਦੇ ਆ। ਲੰਘਿਆ ਵੇਲਾ ਦੇਖੋ ਬਹੁਤ ਸਾਰੇ ਵਿਵਾਦ ਉਹਦੇ ਨਾਲ ਜੁੜੇ ਆ ਤੇ ਜਾਣ ਬੁੱਝ ਕੇ ਵਿਵਾਦਾਂ ਦੇ ਵਿੱਚ ਟੱਕਰ ਮਾਰਨੀ ਕੰਗਣਾ ਰਣੌਤ ਦੀ ਆਦਤ ਆ। ਜਦੋਂ ਫਿਲਮਾਂ ਦੇ ਵਿੱਚ ਸੀ ਕਿਸੇ ਫਿਲਮ ਸਾਜ ਨਾਲ ਨਹੀਂ ਬਣਦੀ ਸੀ, ਹੁਣ ਰਾਜਨੀਤੀ ਦੇ ਵਿੱਚ ਆ। ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੀ, ਹਾਲੇ ਵੀ ਉਹ ਆਦਤਾਂ ਜਾਂਦੀਆਂ ਨਹੀਂ। ਫਿਲਮ ਕੋਈ ਚੱਲਦੀ ਨਹੀਂ, ਇਸ ਕਰਕੇ ਕੋਈ ਨਾ ਕੋਈ ਆਨੀ ਬਹਾਨੀ ਚਰਚਾ ਦੇ ਵਿੱਚ ਆਉਣ ਦੇ ਲਈ ਪਖੰਡ ਕਰਨਾ ਉਹਦੇ ਸੁਭਾਅ ਦੇ ਵਿੱਚ ਸ਼ਾਮਿਲ ਆ। ਤੇ ਆਹ ਹੁਣ ਐਮਰਜੈਂਸੀ ਫਿਲਮ ਵਾਲਾ ਪੰਜਾਬ ਦੇ ਵਿੱਚ ਜਿਹੜਾ ਨਵਾਂ ਪੰਗਾ ਉਹਨੇ ਪਾਇਆ ਤੇ ਇਹਦੇ ਵਿੱਚ ਜਿਸ ਤਰੀਕੇ ਦੇ ਉਹਨੇ ਦ੍ਰਿਸ਼ ਫਿਲਮਾਏ ਆ, ਇਹਦੇ ਉੱਤੇ ਵਿਰੋਧ ਹੋ ਵੀ ਰਿਹਾ, ਇਹਦੇ ਉੱਤੇ ਵਿਰੋਧ ਹੋਊਗਾ ਵੀ। ਮੈਂ ਹੁਣ ਤੱਕ ਬਹੁਤ ਸਾਰੇ ਕਲਾਕਾਰਾਂ ਨੂੰ ਇਹੋ ਜਿਹਾ ਨੂੰ ਜਾਣਦਾ ਜਿਹੜੇ ਕਿ ਜਾਣ ਬੁੱਝ ਕੇ ਸ਼ਰਾਰਤ ਦੇ ਤੌਰ ਦੇ ਉੱਤੇ ਸਾਰਾ ਕੁਝ ਕਰਦੇ ਹੁੰਦੇ ਆ। ਕਿੰਨੀਆਂ ਹੀ ਫਿਲਮਾਂ ਇਸ ਵੇਲੇ ਉਂਗਲਾਂ ਦੇ ਪੋਟਿਆਂ ਤੇ ਚੇਤੇ ਆ ਜਾਂਦੀਆਂ ਜਿਹਦੇ ਵਿੱਚ ਕਿਸੇ ਧਰਮ ਦੇ ਉੱਤੇ ਜਾਣ ਬੁੱਝ ਕੇ ਟਿੱਪਣੀ ਕੀਤੀ ਗਈ ਜਾਂ ਕੋਈ ਸ਼ਬਦ ਮੂੰਹ ਦੇ ਵਿੱਚੋਂ ਜਾਣ ਬੁੱਝ ਕੇ ਕੱਢਿਆ ਗਿਆ, ਉਹਦੇ ਕਰਕੇ ਸਮੇਂ ਸਮੇਂ ਦੇ ਉੱਤੇ ਵੱਖ ਵੱਖ ਥਾਵਾਂ ਤੇ ਰੌਲਾ ਪਿਆ, ਵਿਰੋਧ ਪ੍ਰਦਰਸ਼ਨ ਹੋਏ, ਧਰਨੇ ਲੱਗੇ, ਪੁਤਲੇ ਫੂਕੇ। ਤੇ ਜਦੋਂ ਫਿਲਮ ਰਿਲੀਜ਼ ਹੋਣ ਦੇ ਵਿੱਚ 3 ਦਿਨ ਰਹਿ ਜਾਂਦੇ, 2 ਦਿਨ ਰਹਿ ਜਾਂਦੇ ਆ ਤੇ ਫਿਰ ਉਹ ਕਹਿੰਦੇ ਹੁੰਦੇ ਆ ਫਿਲਮਾਂ ਵਾਲੇ ਕਿ ਅਸੀਂ ਉਸ ਦ੍ਰਿਸ਼ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਬਾਹਰ ਕੱਢ ਦਿੱਤਾ ਹੈ ਫਿਲਮ ਦੇ ਵਿੱਚੋਂ, ਪਰ ਉਹ ਪਾਉਂਦੇ ਹੀ ਇਸ ਕਰਕੇ ਹੁੰਦੇ ਉਹਨਾਂ ਦ੍ਰਿਸ਼ਾਂ ਨੂੰ ਤਾਂ ਜੋ ਉਹਨਾਂ ਦੀ ਪਬਲਿਸਿਟੀ ਹੋ ਜਾਏ, ਉਹਨਾਂ ਦਾ ਪ੍ਰਚਾਰ ਹੋ ਜਾਏ, ਮੁਫਤ ਦੇ ਵਿੱਚ ਹੋ ਜਾਏ। ਤੇ ਕੰਗਣਾ ਨੂੰ ਵੀ ਇਹ ਜਿਹੜਾ ਅੱਜ ਵਾਲਾ ਵਿਵਾਦ ਆ ਇਹ ਘਿਓ ਵਰਗਾ ਲੱਗਦਾ ਹੋਊਗਾ, ਇਹ ਮੇਰੀ ਪੱਕੀ ਗਰੰਟੀ ਆ। ਕੰਗਣਾ ਦੀ ਕੋਈ ਫਿਲਮ ਨਹੀਂ ਚੱਲਦੀ, ਤੁਸੀਂ ਦੇਖ ਲਓ ਪਿਛਲੀਆਂ ਫਿਲਮਾਂ ਦੇ ਬਾਰੇ ਝਾਤ ਮਾਰ ਲਓ, ਲੱਕੜ ਦੇ ਘੋੜੇ ਤੇ ਬਹਿ ਕੇ ਵੇਖਣ ਤੋਂ ਲੈ ਕੇ ਤੇ ਬਾਕੀ ਉਹਨੇ ਜੋ ਜੋ ਡਮਡਮੇ ਕਰਨੇ ਸੀ ਉਹਦੀ ਕੋਈ ਫਿਲਮ ਨਹੀਂ ਚੱਲ ਰਹੀ ਤੇ ਨਾ ਉਹਦੀ ਕਿਸੇ ਫਿਲਮ ਦੀ ਅੱਜ ਤੱਕ ਕੋਈ ਚਰਚਾ ਹੋਈ ਹੈ ਲੰਮੇ ਸਮੇਂ ਤੋਂ। ਇਹ ਤਾਂ ਐਮਰਜੈਂਸੀ ਫਿਲਮ ਦੇ ਬਹਾਨੇ ਵਿਰੋਧ ਦੇ ਨਾਂ ਦੇ ਉੱਤੇ ਤੇ ਉਹਨੂੰ ਇੱਕ ਵਾਰ ਫਿਰ ਥੋੜੀ ਜਿਹੀ ਚਰਚਾ ਮਿਲੀ ਆ। ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਉਹਦੇ ਖਿਲਾਫ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਜਥੇਦਾਰ ਸਾਹਿਬਾਨ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਕਿਹਾ ਗਿਆ ਜੀ ਕਿ ਇਹਦੇ ਵਿੱਚ ਦ੍ਰਿਸ਼ ਆ ਜਿਹੜੇ ਸਿੱਖਾਂ ਦੇ ਖਿਲਾਫ ਉਹ ਬਾਹਰ ਕੱਢੇ ਜਾਣ। ਸਾਨੂੰ ਨਹੀਂ ਪਤਾ ਵੀ ਜੋ ਕੁਝ ਟ੍ਰੇਲਰ ਦੇ ਵਿੱਚ ਅਸੀਂ ਦੇਖਿਆ ਉਹ ਕੁਝ ਫਿਲਮ ਦੇ ਵਿੱਚ ਵੀ ਹੈ ਜਾਂ ਨਹੀਂ ਹੈ। ਸਾਨੂੰ ਨਹੀਂ ਪਤਾ ਵੀ ਉਹਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ, ਕਿਉਂਕਿ ਫਿਲਮ 6 ਤਰੀਕ ਨੂੰ ਆਉਣੀ 6 ਸਤੰਬਰ ਨੂੰ। ਪਰ ਸਾਨੂੰ ਇਸ ਗੱਲ ਦਾ ਜ਼ਰੂਰ ਪਤਾ ਵੀ ਜਿਹੜੀ ਔਰਤ ਸਿੱਖਾਂ ਨੂੰ ਕਦੇ ਵੱਖਵਾਦੀ, ਕਦੇ ਅੱਤਵਾਦੀ, ਕਦੇ ਕੁਛ, ਕਦੇ ਕੁਛ, ਕਦੇ ਕੁਛ, ਕਦੇ ਕੁਛ ਕਹਿ ਕਹਿ ਕੇ ਟੋਰਚਰ ਕਰਦੀ ਹੋਵੇ, ਉਹਨਾਂ ਨੂੰ ਟਿਚਰਾਂ ਕਰਦੀ ਹੋਵੇ, ਤੇ ਉਸ ਔਰਤ ਦੇ ਵੱਲੋਂ ਕੋਈ ਚੰਗੇ ਦੀ ਆਸਤਾ ਅਸੀਂ ਕਰਦੇ ਨਹੀਂ ਵੀ ਭਾਈ ਇਹਨੇ ਫਿਲਮ ਦੇ ਵਿੱਚ ਸਿੱਖਾਂ ਦੀ ਪ੍ਰਸ਼ੰਸਾ ਬਹੁਤ ਕੀਤੀ ਹੋਣੀ ਆ। ਇੰਦਰਾ ਗਾਂਧੀ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣੀ ਆ। ਇੰਦਰਾ ਗਾਂਧੀ ਦੇ ਦੌਰ ਦੇ ਵਿੱਚ ਆਪਾਂ ਜਾਣਦੇ ਕਿ ਪੰਜਾਬ ਦੇ ਵਿੱਚ ਵੀ ਉਹ ਦੌਰ ਚੱਲਿਆ ਜਿਹਦੇ ਵਿੱਚ ਬੜਾ ਕੁਝ ਹੋਇਆ ਵਾਪਰਿਆ, ਤੇ ਇਸ ਫਿਲਮ ਦੇ ਟ੍ਰੇਲਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਕਰੈਕਟਰ ਕਿਰਦਾਰ ਵੀ ਪੇਸ਼ ਕੀਤਾ ਗਿਆ। ਹੁਣ ਇਹ ਵਕਤ ਦੱਸੂਗਾ ਕੀ ਬਣਦਾ। ਪਰ ਜੇਕਰ ਕੰਗਣਾ ਰਣੌਤ ਨੂੰ ਇਸ ਗੱਲ ਦਾ ਫਿਕਰ ਹੁੰਦਾ ਕਿ ਭਾਈ ਪੰਜਾਬ ਦੇ ਵਿੱਚ ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਮੇਰਾ ਖਿਲਾਫ ਵਿਰੋਧ ਬਹੁਤ ਹੋ ਰਿਹਾ, ਕਿਤੇ ਮੇਰਾ ਨੁਕਸਾਨ ਨਾ ਹੋ ਜਾਏ, ਉਹਨੇ ਹੁਣ ਤੱਕ ਇਸ ਗੱਲ ਦੇ ਉੱਤੇ ਸਪਸ਼ਟੀਕਰਨ ਦੇ ਦੇਣਾ ਸੀ। ਉਹਨੇ ਇਹ ਗੱਲ ਆਪਣੇ ਮੂੰਹੋਂ ਕਹਿਣੀ ਸੀ ਕਿ ਭਾਈ ਮੇਰੀ ਫਿਲਮ ਦੇ ਵਿੱਚ ਇਦਾਂ ਦੀ ਗੱਲ ਨਹੀਂ ਆ, ਕਿਉਂਕਿ ਉਹ ਇਸ ਵਿਵਾਦ ਨੂੰ ਫਿਲਮ ਦੇ ਪੱਖ ਦੇ ਵਿੱਚ ਸਮਝਦੀ ਆ, ਕਿਉਂਕਿ ਉਹ ਇਸ ਵਿਵਾਦ ਨੂੰ ਆਪਣੀ ਫਿਲਮ ਦੀ ਕਾਮਯਾਬੀ ਦਾ ਪ੍ਰਤੀਕ ਮੰਨਦੀ ਆ। ਇਸ ਕਰਕੇ ਉਹਦੇ ਵੱਲੋਂ ਚੁੱਪ ਵੱਟ ਕੇ ਰੱਖੀ ਗਈ ਆ, ਉਹਦੇ ਵੱਲੋਂ ਕੁਝ ਨਹੀਂ ਬੋਲਿਆ ਗਿਆ, ਉਹਨੇ ਹਰ ਗੱਲ ਹੁਣ ਤੱਕ ਅਣਸੁਣੀ ਕੀਤੀ ਆ। ਵੈਸੇ ਵੀ ਉਹਦੀ ਆਦਤ ਆ ਆਪਣੀ ਗੱਲ ਕਹਿ ਲਓ ਤੇ ਬਾਅਦ ਦੇ ਵਿੱਚ ਚੁੱਪ ਵੱਟ ਲਓ, ਫਿਰ ਉਹਦੇ ਵੱਲੋਂ ਸਫਾਈਆਂ ਦਿੱਤੀਆਂ ਜਾਣਗੀਆਂ, ਹਰ ਗੱਲ ਦੇ ਉੱਤੇ ਟਿੰਡ ਦੇ ਵਿੱਚ ਕਾਨਾ ਪਾਉਣਾ ਉਹਦੀ ਆਦਤ ਆ। ਮੈਂ ਪਿਛਲੇ ਦਿਨੀ ਇੱਕ ਉਹਦਾ ਬਿਆਨ ਸੁਣਿਆ, ਉਹ ਕਹਿੰਦੀ ਦੇਖੋ ਜੀ ਉਹਨੇ ਅਸਲ ਦੇ ਵਿੱਚ ਇੰਟਰਵਿਊ ਦਿੱਤੀ ਆ, ਕਹਿੰਦੀ ਜੀ ਕਿ ਮੇਰੀ ਆਦਤ ਆ ਸੱਚ ਬੋਲਣਾ, ਮੇਰੇ ਸੱਚ ਦੇ ਬਰਾਬਰ ਕੋਈ ਖੜਦਾ ਨਹੀਂ, ਮੇਰੇ ਨਾਲ ਕੋਈ ਬਹਿਸ ਨਹੀਂ ਕਰਦਾ, ਅਸਲ ਦੇ ਵਿੱਚ ਗੱਲ ਸੱਚ ਦੀ ਨਹੀਂ,
ਬਹਿਸ ਕਰਨ ਤੋਂ ਕਲੇਸ਼ ਕਰਨ ਤੋਂ ਹਰ ਬੰਦਾ ਕਿਨਾਰਾ ਕਰਦਾ ਜਿਹੜਾ ਸਿਰ ਤੋਂ ਕੰਬ ਲੈਂਦਾ। ਤੇ ਇੱਥੇ ਉਹ ਗੱਲ ਹੋਈ ਪਈ ਆ ਵੀ ਸ਼ਰਮ ਮਾਰਾ ਮੈਂ ਅੰਦਰ ਵੜਿਆ ਤੇ ਮੂਰਖ ਆ ਕੇ ਮੈਥੋਂ ਡਰਿਆ। ਸੋ ਜਿਹੜੀ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਕਰਨ ਦੀ ਗੱਲ ਕੀਤੀ ਜਾ ਰਹੀ ਆ, ਇਹ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣੀ, ਮੈਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਹੈ। ਕਿਉਂਕਿ ਕੰਗਣਾ ਰਣੌਤ ਨੇ ਇਸ ਮਾਮਲੇ ਤੇ, ਜੇਕਰ ਉਹਦੇ ਮਨ ਦੇ ਵਿੱਚ, ਮੈਂ ਫਿਰ ਇਹ ਗੱਲ ਕਹਿਣਾ, ਕੋਈ ਸਫਾਈ ਦੇਣ ਦੀ ਭਾਵਨਾ ਹੁੰਦੀ, ਜੇ ਉਹਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਕਿ ਸਿੱਖ ਭਾਈਚਾਰੇ ਦੀ ਮੈਂ ਨਾਰਾਜ਼ਗੀ ਨਹੀਂ ਸਹਿੜਨੀ, ਸਿੱਖ ਭਾਈਚਾਰੇ ਨੂੰ ਮੈਂ ਗੱਲ ਕਲੀਅਰ ਕਰਦਾ, ਸਾਫ਼ ਕਰਦਾ ਕਿ ਭਾਈ ਫਿਲਮ ਦੇ ਵਿੱਚ ਏਦਾਂ ਦੀ ਗੱਲ ਨਹੀਂ ਆ। ਉਹਨੇ ਹੁਣ ਤੱਕ ਸਾਹਮਣੇ ਆ ਕੇ ਸਾਰੀ ਗੱਲ ਕਹਿਣੀ ਸੀ ਪਰ ਉਹਨੇ ਕਹੀ ਨਹੀਂ। ਇਸ ਕਰਕੇ ਉਹਨੂੰ ਇਹ ਵੀ ਪਤਾ ਵੀ ਪੰਜਾਬ ਦੇ ਵਿੱਚ ਫਿਲਮ ਉਹਦੀ ਰਿਲੀਜ਼ ਨਹੀਂ ਹੋਣੀ, ਉਹਨੂੰ ਇਹ ਵੀ ਪਤਾ ਵੀ ਜੇ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਨਾ ਹੋਈ ਤੇ ਫਿਰ ਆ ਜਿਹੜਾ ਭਾਈ ਮੈਨੂੰ ਵਿਵਾਦ ਜਿਹੜਾ ਖੜਾ ਹੋਊਗਾ, ਤੇ ਇਹਦੇ ਕਰਕੇ ਭਾਰਤ ਦੇ ਬਾਕੀ ਵੱਖ ਵੱਖ ਹਿੱਸਿਆਂ ਦੇ ਵਿੱਚ ਮੈਨੂੰ ਮੁਫ਼ਤ ਦੇ ਵਿੱਚ ਪਬਲਿਸਿਟੀ ਮਿਲਣੀ ਆ। ਤੇ ਪੰਜਾਬ ਦੇ ਵਿੱਚ ਵਿਵਾਦ ਜਿਹੜਾ ਪੈਦਾ ਹੁੰਦਾ ਉਹਦਾ ਅਸਰ ਬਹੁਤੀ ਵਾਰ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ। ਤੇ ਜਿਹੜੇ ਇਹ ਹਿੰਦੀ ਫਿਲਮਾਂ ਵਾਲੇ ਆ ਇਹਨਾਂ ਦਾ ਇੱਕ ਹਿੱਸਾ ਇਹੋ ਜਿਹੜਾ ਇਹ ਸੋਚਦਾ ਵੀ ਪੰਜਾਬ ਤਾਂ ਨਿੱਕਾ ਜਿਹਾ ਸੂਬਾ, ਇੱਥੋਂ ਕਿਹੜਾ ਸਾਡਾ ਰੈਵਨਿਊ ਬਹੁਤ ਆਉਣਾ, ਸਾਨੂੰ ਚਾਹੀਦਾ ਹੋਰ ਵੱਖ ਵੱਖ ਥਾਵਾਂ ਦੇ ਉੱਤੇ, ਸਾਨੂੰ ਬਾਹਰਲੇ ਮੁਲਕਾਂ ਦੇ ਵਿੱਚੋਂ, ਸਾਨੂੰ ਬੰਬੇ ਦੇ ਵਿੱਚੋਂ, ਸਾਨੂੰ ਮਹਾਰਾਸ਼ਟਰ ਦੇ ਵੱਖ ਵੱਖ ਹੋਰ ਹਿੱਸਿਆਂ ਦੇ ਵਿੱਚੋਂ, ਸਾਨੂੰ ਤਾਮਿਲਨਾਡੂ ਦੇ ਵਿੱਚੋਂ, ਸਾਨੂੰ ਹੋਰ ਥਾਵਾਂ ਤੋਂ, ਇਹ ਕਹਿੰਦੇ ਵੀ ਡਬ ਵੀ ਕੀਤੀ ਹੈ ਫਿਲਮ ਇਹ। ਸੋ ਵੇਨੇ ਭਾਈ ਕੀ ਬਣਦਾ, ਪਰ ਇਹ ਜਾਣ ਬੁੱਝ ਕੇ ਉਹਦੇ ਵੱਲੋਂ ਸਹੇੜਿਆ ਗਿਆ ਵਿਵਾਦ ਆ, ਸਿੱਖ ਭਾਈਚਾਰੇ ਨੂੰ ਭੜਕਾਉਣ ਦੀ ਸ਼ਾਇਦ ਸਾਜਿਸ਼ ਹੋਵੇ, ਮੈਂ ਸ਼ਾਇਦ ਵਰਤਣਾ ਕਿਉਂਕਿ ਫਿਲਮ ਦੇਖ ਕੇ ਪਤਾ ਲੱਗਣਾ, ਪਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਘਰ ਦੇ ਭਾਗ ਡਿਊਟੀ ਤੋਂ ਪਤਾ ਲੱਗ ਜਾਂਦੇ ਆ। ਇਹ ਫਿਲਮ ਦਾ ਟ੍ਰੇਲਰ ਜਿਹੜਾ ਹੁੰਦਾ, ਕਿਸੇ ਵੀ ਫਿਲਮ ਦਾ ਟ੍ਰੇਲਰ, ਉਹ ਹੁੰਦਾ ਜੀ ਉਸ ਫਿਲਮ ਦੀ ਰੂਪ ਰੇਖਾ ਨੂੰ ਬਿਆਨ ਕਰਨ ਵਾਲਾ ਵੀ ਉਹਦਾ ਸਰੂਪ ਕਿਹੋ ਜਿਹਾ ਹੋਊਗਾ, ਉਹਦੇ ਵਿੱਚ ਝਲਕਾਰਾ ਕਿਹੋ ਜਿਹਾ ਹੋਊਗਾ, ਫਿਲਮ ਦੇ ਵਿੱਚ ਵਿਸ਼ਾ ਵਸਤੂ ਕਿਹੋ ਜਿਹਾ ਹੋਊਗਾ, ਫਿਲਮ ਦੇ ਵਿੱਚ ਜੇਕਰ ਟ੍ਰੇਲਰ 2-2.5 ਮਿੰਟ ਦਾ ਇੰਨਾ ਪਿਆਰਾ, ਆਮ ਤੌਰ ਤੇ ਆਪਾਂ ਇਹ ਗੱਲ ਕਹਿੰਦੇ ਹਾਂ, ਤੇ ਫਿਰ 2.5 ਮਿੰਟ ਦੀ ਫਿਲਮ ਕਿੰਨੀ ਵਧੀਆ ਹੋਊਗੀ। ਪਰ ਜੇਕਰ 2.5 ਮਿੰਟ ਦੇ ਟ੍ਰੇਲਰ ਦੇ ਵਿੱਚ ਵਿਵਾਦ ਹੋਵੇ ਤਾਂ ਫਿਰ ਇਹ ਵੀ ਗੱਲ ਪੈਦਾ ਹੁੰਦੀ ਕਿ 2.5 ਘੰਟੇ ਦੇ ਵਿੱਚ ਕਿੰਨਾ ਵਿਵਾਦ ਪੈਦਾ ਹੋਊਗਾ। ਸੋ ਗੱਲ ਇਹ ਹੈ ਜੀ ਕਿ ਜਿਨ੍ਹਾਂ ਦੇ ਨਾਲ ਜੁੜ ਕੇ ਇਸ ਵੇਲੇ ਕੰਗਣਾ ਮੈਂਬਰ ਪਾਰਲੀਮੈਂਟ ਬਣੀ ਆ, ਉਹ ਚਾਹੁੰਦੇ ਜੀ ਕਿ ਪੰਜਾਬ ਦੇ ਵਿੱਚ ਸਾਡੇ 2027 ਦੇ ਵਿੱਚ ਪੈਰ ਪੱਕੇ ਹੋ ਜਾਣ ਬੀਜੇਪੀ। ਤੇ ਜੇਕਰ ਭਾਈ ਪੈਰ ਪੱਕੇ ਕਰਨੇ ਆ ਤਾਂ ਜਿਹੜੇ ਤੁਹਾਡੇ ਮੈਂਬਰ ਪਾਰਲੀਮੈਂਟ ਇਸ ਵੇਲੇ ਸਿੱਖਾਂ ਦੇ ਬਾਰੇ ਟਿੱਪਣੀਆਂ ਕਰਦੇ, ਉਹਨਾਂ ਨੂੰ ਰੋਕਣਾ ਤੁਹਾਡਾ ਫਰਜ਼ ਆ। ਨਹੀਂ ਤਾਂ ਫਿਰ ਸੁਪਨਾ ਹੀ ਰਹਿ ਜਾਣਾ, ਭਾਵੇਂ ਮੈਂਬਰਸ਼ਿਪ ਵੱਡੀ ਕਰ ਲਓ ਤੇ ਭਾਵੇਂ ਛੋਟੀ ਕਰ ਲਓ, ਭਾਵੇਂ ਸੁਪਨੇ ਜਿਵੇਂ ਕਹੀ ਜਾਓ ਜੀ ਕਿ 117 ਦੇ ਵਿੱਚੋਂ ਅਸੀਂ 65 ਸੀਟਾਂ ਲੈ ਜਾਂਗੇ ਤੇ ਭਾਵੇਂ ਤੁਸੀਂ 75 ਦੀ ਗੱਲ ਕਰੀ ਚੱਲੋ, ਇਸ ਵੇਲੇ ਕਾਬੂ ਪਾਉਣ ਦੀ ਜ਼ਰੂਰਤ ਹੈ, ਤਹਿਜ਼ੀਬ ਨਾਲ ਪੇਸ਼ ਆਉਣ ਦੀ ਜ਼ਰੂਰਤ ਹੈ। ਪੰਜਾਬ ਇਸ ਵੇਲੇ ਜੇਕਰ ਵਸ ਰਿਹਾ ਤਾਂ ਇਹਦੇ ਵਿੱਚ ਪੁਰਾਣੀਆਂ ਗੱਲਾਂ ਛੇੜ ਕੇ ਲਾਂਬੂ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਤੁਸੀਂ ਤਾਂ ਨੋਟ ਕਮਾ ਕੇ ਖੀਸੇ ਭਰ ਕੇ ਖਿਸਕ ਜਾਣਾ ਤੇ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਨਹੀਂ ਪਾਉਣਾ ਚਾਹੀਦਾ। ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ, ਸੁਹਿਰਦ ਤਰੀਕੇ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਵਿਰੋਧ ਕਰਨਾ ਚਾਹੀਦਾ। ਜੇਕਰ ਇਸ ਫਿਲਮ ਦੇ ਵਿੱਚ ਕੁਝ ਗਲਤ ਹੈ ਸਿੱਖਾਂ ਦੇ ਬਾਰੇ ਜਾਂ ਕਿਸੇ ਵੀ ਫਿਲਮ ਗਾਣੇ ਦੇ ਵਿੱਚ, ਕਿਸੇ ਵੀ ਕਲਾਕਾਰ ਦੇ ਹੋਰ ਕਿਸੇ ਕੰਮ ਦੇ ਵਿੱਚ ਜਾਂ ਕਿਸੇ ਨੇਤਾ ਦੇ ਬਿਆਨ ਦੇ ਵਿੱਚ ਜੇਕਰ ਕੋਈ ਵੀ ਗਲਤ ਗੱਲ ਹੁੰਦੀ ਹੈ ਤਾਂ ਉਹਨੂੰ ਤਰਕ ਦੇ ਨਾਲ ਨਜਿੱਠਣਾ ਚਾਹੀਦਾ, ਉੱਤਰ ਦੇਣਾ ਚਾਹੀਦਾ। ਪਰ ਇਹੋ ਜਿਹੇ ਲੋਕ ਆ ਜਿਹੜੇ ਉਹ ਚਾਹੁੰਦੇ ਆ ਜੀ ਕਿ ਵਿਵਾਦ ਸਾਨੂੰ ਮਿਲੇ, ਇਹੋ ਜਿਹੇ ਲੋਕ ਤਾਂ ਵਿਵਾਦ ਪੈਦਾ ਕਰਨ ਦੇ ਵਾਸਤੇ ਟੀਮਾਂ ਰੱਖਦੇ ਆ, ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਕਿ PR ਟੀਮਾਂ ਨੂੰ ਹਾਇਰ ਕਰਦੇ ਆ, ਇਹ ਗੱਲ ਕਹਿੰਦੇ ਵੀ ਕੋਈ ਨਾ ਕੋਈ ਭਸੂੜੀ ਜੀ ਖੜੀ ਕਰੋ, ਸਾਡੇ ਪੁਤਲੇ ਪਤਲੇ ਫੁਕਵਾ ਦਿਓ, ਸਾਡੇ ਖਿਲਾਫ ਗਾਲਾਂ ਗੁਲਾਂ ਹੀ ਕਢਵਾ ਦਿਓ। ਤੇ ਉਹ ਇਹ ਸੋਚਦੇ ਵੀ ਪੰਜਾਬ ਇੱਕ ਮੰਡੀ ਐਸੀ ਜਿੱਥੇ ਕਿ ਜਦੋਂ ਵਿਰੋਧ ਹੁੰਦਾ ਤੇ ਇਹਦਾ ਅਸਰ ਪੂਰੇ ਪੰਜਾਬ ਦੇ ਨੂੰ ਛੱਡ ਦਿਓ ਤੇ ਪੂਰੇ ਭਾਰਤ ਦੇ ਵਿੱਚ ਪੋਜ਼ਿਟਿਵ ਹੁੰਦਾ, ਹਾਂ ਪੱਖੀ ਹੁੰਦਾ,
ਕੰਗਣਾ ਦੀਆਂ ਇਹਨਾਂ ਸ਼ਰਾਰਤਾਂ ਜਾਂ ਆਸਾਂ ਦੇ ਉੱਤੇ ਕਿੰਨਾ ਕਬੂਲ ਲੱਗਦਾ ਇਹ ਵਕਤ ਦੱਸੂਗਾ। ਪਰ ਹੈ ਇਹ ਘੜੀ ਘੜਾਈ ਗੱਲ, ਹੈ ਇਹ ਸ਼ਰਾਰਤ ਦਾ ਹਿੱਸਾ, ਹੈ ਇਹ ਸੋਚੀ ਸਮਝੀ ਗੱਲ, ਇਹ ਕੋਈ ਅਚਾਨਕ ਨਹੀਂ ਹੋਇਆ। ਜਦੋਂ ਸਭ ਨੂੰ ਬੱਚੇ ਬੱਚੇ ਨੂੰ ਪਤਾ ਕਿ 1984 ਦੇ ਵਿੱਚ ਕੀ ਹੋਇਆ, ਜਦੋਂ ਸਭ ਨੂੰ ਬੱਚੇ ਬੱਚੇ ਨੂੰ ਪਤਾ ਕਿ 1975 ਦੇ ਵਿੱਚ ਕੀ ਹੋਇਆ, ਜਦੋਂ ਸਭ ਨੂੰ ਪਤਾ ਕਿ ਇੱਕ ਕਾਲਾ ਦੌਰ ਸੀ ਉਸ ਵੇਲੇ ਕੀ ਕੀ ਕੁਝ ਹੁੰਦਾ ਰਿਹਾ ਤੇ ਕੀ ਕੁਝ ਕੌਣ ਕੌਣ ਕਰਦਾ ਰਿਹਾ, ਜਦੋਂ ਸਭ ਨੂੰ ਪਤਾ ਜੀ ਕਿ ਕਾਂਗਰਸ ਦੇ ਉੱਤੇ ਕਿਹੜੇ ਕਿਹੜੇ ਦੋਸ਼ ਲੱਗੇ ਆ, ਤੇ ਉਹਨਾਂ ਫਿਲਮਾਂ ਨੂੰ ਬਣਾ ਕੇ ਆਪਦੇ ਆਪ ਨੂੰ ਫਿਲਮ ਅਦਾਕਾਰ ਦੇ ਤੌਰ ਦੇ ਉੱਤੇ ਜਿਉਂਦੀ ਰੱਖਣ ਦੀ ਇਹ ਇੱਕ ਕੋਸ਼ਿਸ਼ ਹੈ, ਤੇ ਪੈਸੇ ਵੱਟਣ ਦੀ ਇੱਕ ਕੋਸ਼ਿਸ਼ ਹੈ, ਤੇ ਮੁਫ਼ਤ ਦੇ ਵਿੱਚ ਪ੍ਰਚਾਰ ਲੈਣ ਦੀ ਇਹ ਇੱਕ ਕੋਸ਼ਿਸ਼ ਹੈ। ਤੇ ਦੁੱਖ ਇਸ ਗੱਲ ਦਾ ਕਿ ਸੈਂਸਰ ਬੋਰਡ ਜਿਹੜਾ ਕਿ ਪੰਜਾਬੀ ਦੀਆਂ ਫਿਲਮਾਂ, ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣੀ, ਜੇ ਮੈਂ ਗਲਤ ਹੋਵਾਂ ਤੁਸੀਂ ਦਰੁਸਤ ਕਰ ਦਿਓ, ਸ਼ਾਇਦ ਉਹ ਪੰਜਾਬ 95 ਆ, ਪੰਜਾਬ 95, ਉਹਦੇ ਵਿੱਚ ਲਗਭਗ 80 ਕੱਟ ਲਾਏ ਗਏ ਤੇ ਰਿਲੀਜ਼ ਫਿਰ ਨਹੀਂ ਹੋਈ। ਤੇ ਜੇਕਰ ਉਹਨਾਂ ਫਿਲਮਾਂ ਤੇ ਕੱਟ ਲੱਗ ਸਕਦੇ ਤੇ ਇਹਦੇ ਵਿੱਚ ਕੀ ਦਿਖਾਇਆ ਗਿਆ ਹੋਊਗਾ, ਇਹਦੇ ਬਾਰੇ ਗੱਲ ਕਲੀਅਰ ਕਰਨੀ ਚਾਹੀਦੀ ਹੈ, ਡਰਾਮੇਬਾਜ਼ੀ ਨਹੀਂ।